ਆ iPhone ਅਪਡੇਟ ਕਰਨਾ ਹੋਵੇ ਜਾਂ ਤਾਂ ਹੈਂਗ ਹੋ ਰਿਹਾ ਹੋਵੇ ਕੋਈ ਬਕਸ ਆ ਗਿਆ ਹੋਵੇ ਨਾ ਕੋਈ ਦਿੱਕਤ ਆਂਦੀ ਹੋਵੇ ਸਿਰਫ ਦੋ ਕੰਮ ਜ਼ਰੂਰ ਯਾਦ ਨਾ ਕਰੋ ਇੱਕ ਤਾਂ ਹਾਈਕਰ ਰਿਮੂਵ ਕਰ ਲਿਓ ਹਾਈਕਰ ਰਿਮੂਵ ਕਰਨ ਦਾ ਇਹ ਫਾਇਦਾ ਹੁੰਦਾ ਹੈ ਕਿ ਹਾਂ ਵੀ ਜੋ ਸੈਟ ਪੂਰਾ ਫਲੈਸ਼ ਹੋਣਾ ਨਾ ਮੈਂ ਤੁਹਾਨੂੰ ਫਲੈਸ਼ ਵੀ ਕਰਕੇ ਦੱਸੂਗਾ ਕਿੱਦਾਂ ਹੁੰਦਾ ਫਾਈਲ ਕਿੱਦਾਂ ਡਾਊਨਲੋਡ ਹੁੰਦੀ ਆ ਪਹਿਲਾਂ ਤਾਂ ਆਪਾਂ ਦਾ ਦੱਬਣਾ ਹੈ ਵੋਲੀਅਮ ਡਾਊਨ ਤੇ ਪਾਵਰ ਬਟਨ ਪ੍ਰੈਸ ਕਰਕੇ ਰੱਖਣਾ ਬੰਦ ਕਰਕੇ ਆਪ ਹੀ ਆਨੇ ਆਈਟੂਨ ਤੇ ਆ ਜਾਣਾ ਠੀਕ ਹੈ ਜੀ ਆ ਦੇਖੋ ਆਈਟੂਨ ਤੇ ਜਦੋਂ ਆ ਗਿਆ ਆਈਟੂਨ ਤੇ ਆ ਜਾਣੇ ਨੇ 1 2 3 ਪਲ ਆ ਗਿਆ ਆਈਟੂਨ ਤੇ ਆ ਜਾਣਾ ਡਾਟਾ ਉੜ ਜਾਣੇ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਆਈਟੂਨ ਹੋਣਾ ਚਾਹੀਦਾ ਆਪਣੇ ਕੋਲ ਕੈਨਸਲ ਕਰ ਦੇਣਾ ਇੱਥੋਂ ਸਿੱਧਾ ਕੈਨਸਲ ਰੀਸਟੋਰ ਐਂਡ ਅਪਡੇਟ ਇਹਨੂੰ ਫਾਈਲ ਡਾਊਨਲੋਡ ਤੇ ਲਾ ਜਾਣੀ ਠੀਕ ਆ ਆਪਾਂ ਕਲਿੱਕ ਕਰਾਂਗੇ ਨੈਕਸਟ ਨੈਕਸਟ ਕਰ ਦਿਓ ਤੇ ਇੱਥੇ ਫਾਈਲ ਡਾਊਨਲੋਡ ਹੋਣ ਲੱਗੀ 15-20 ਮਿੰਟ ਕਹਿੰਦੀ ਫਾਈਲ ਵੈਸੇ ਜੇ ਆਪਾਂ ਸੈਟ ਚਲਾਣਾ ਆ ਤਾਂ ਆਪਾਂ ਨੂੰ ਕੀ ਕਰਨਾ ਪੈਣਾ 3G ਟੂਲ ਤੇ ਜਾਣਾ ਪੈਣਾ ਤੇ ਐਜੈਕਟ ਵਾਇਰ ਰਿਕਵਰੀ ਮੂਡ ਕਰ ਦਿਓ ਜਿੱਦਾਂ ਤੁਹਾਡਾ ਫੋਨ ਸੀ ਚੱਲਦਾ ਉਹਦੇ ਚੱਲ ਜਾਊਗਾ ਨਾਲ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਆਈ ਕੋਡ ਜ਼ਰੂਰ ਰਿਮੂਵ ਕਰ ਲਿਓ ਕਿਉਂਕਿ ਜਦੋਂ ਤੁਸੀਂ ਫਲੈਸ਼ ਕਰੋਗੇ ਆਈ ਕੋਡ ਰਿਮੂਵ ਨਹੀਂ ਹੋਣੀ ਇਹ ਚੀਜ਼ ਦਾ ਖਿਆਸਤਾਂ ਰੱਖਿਓ ਆਈ ਕੋਡ ਰਿਮੂਵ ਨਹੀਂ ਹੋਣੀ ਤੇ ਡਾਟਾ ਸਾਰਾ ਹੀ ਉੱਡ ਜਾਣਾ ਆ ਦੇਖੋ ਜੀ ਐਜੈਕਟ ਵਾਇ ਰਿਕਵਰੀ ਮੂਡ ਕੀਤਾ ਬਾਕੀ ਜਿਹੜੀ ਕੰਡੀਸ਼ਨ ਸੈਟ ਸੀਗਾ ਸੇਮ ਉਸ ਕੰਡੀਸ਼ਨ ਸੈਟ ਆ ਜਾਣਾ ਫਲੈਸ਼ ਆਪਾਂ ਕਰੇ ਵੀ ਕਰ ਸਕਦੇ ਆ ਜੇ ਲੈਪਟਾਪ ਤੇ ਆਇਆ ਹੈ ਤੇ ਕੰਪਿਊਟਰ ਤੇ ਆਇਆ ਹੈ ਥੈਂਕ ਫਰ ਵਾਚਿੰਗ